ਨਮਸਕਾਰ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਾਂ ਤਰਨਜੀਤ ਕੌਰ ਪਹਿਲਾਂ ਪੇਸ਼ ਨਹੀਂ ਛੋੜਨੀਆ ਖਬਰਾਂ ਪ੍ਰਧਾਨ ਮੰਤਰੀ ਨੇ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਬੱਚਿਆਂ ਨੌਜਵਾਨਾਂ ਕਲਾਕਾਰਾਂ ਐਨਸੀਸੀ ਕੈਡਟਾਂ ਤੇ ਵਲੰਟੀਅਰਾਂ ਨਾਲ ਕੀਤੀ ਗੱਲਬਾਤ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿੰਤਾਵਾਂ ਦੇ ਬਾਵਜੂਦ ਭਾਰਤ ਦੇਸ਼ ਇੱਕੇ ਤੇ ਗਣਤੰਤਰ ਦਿਵਸ ਪਰੇਡ ਸਾਡੀ ਸਭਿਆਚਾਰਕ ਵਿਰਾਸਤ ਨੂੰ ਨਮਨ ਕਰਦੀ ਹੈ ਭਾਰਤੀ ਚੋਣ ਕਮਿਸ਼ਨ ਪਲਕੇ 25 ਜਨਵਰੀ ਨੂੰ ਕੌਮੀ ਵੋਟਰ ਦਿਵਸ ਬਣਾ ਰਿਹਾ ਹੈ ਇਸ ਸਵਾਰ ਦੇ ਕੌਮੀ ਵੋਟਰ ਦਿਵਸ ਦਾ ਥੀਮ ਹੈ ਆਪਣੇ ਵੋਟਰਾਂ ਨੂੰ ਸ਼ਕਤੀਸ਼ਾਲੀ ਸੁਚੇਤ ਸ੍ਰੇਖਯ ਤੇ ਜਾਗਰੂਕ ਬਣਾਉਣਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਪਲਕੇ ਨਵੀਂ ਦਿੱਲੀ ਵਿੱਚ ਹੋਣ ਚੋਣ ਕਮਿਸ਼ਨ ਵੱਲੋਂ ਕਰਵਾਏ ਜਾਣ ਵਾਲੇ ਕੌਮੀ ਵੋਟਰ ਦਿਵਸ ਸਮਾਰਕ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਜ ਦੇਸ਼ ਪਾਰਵਿਸ਼ ਕੌਮੀ ਬਾਲੜੀ ਦਿਵਸ ਮਨਾਇਆ ਜਾ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੌਮੀ ਪਾਲੜੀ ਦਿਵਸ ਮੌਕੇ ਦੇਸ਼ ਦੀਆਂ ਧੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਨੂੰ ਸਲੂਟ ਕੀਤਾ ਹੈ। ਬੇਟੀ ਬਚਾਓ, ਬੇਟੀ ਪੜਾਓ ਯੋਜਨਾ ਦੇ ਲਾਗੂ ਹੋਣ ਮਗਰੋਂ ਦੇਸ਼ ਦੇ 640 ਦਿਨਾਂ ਵਿੱਚੋਂ 422 ਦਿਨਾਂ ਵਿੱਚ ਸੁਧਾਰ ਦਰਜ ਕੀਤਾ ਗਿਆ ਹੈ। ਉਪ ਰਾਸ਼ਟਰਪਤੀ ਐਮ ਵੈਂਕাইয়া ਨਾਇਡੂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੇਟੀਆਂ ਨੂੰ ਅੱਗੇ ਵਧਣ ਤੇ ਸਿੱਖਿਆਤੌਰ ਤੇ ਸ਼ਕਤੀਸ਼ਾਲੀ ਬਣਾਉਣ ਲਈ ਸਾਰੇ ਮੌਕੇ ਉਪਲਬਧ ਕਰਾਉਣ। ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਸਦਕਾ ਪਟਿਆਲਾ ਜ਼ਿਲ੍ਹਾ ਜਨਮ ਸਮੇ ਲੜਕੀਆਂ ਦੇ ਬਿਹਤਰ ਲਿੰਗ ਅਨੁਪਾਤ ਵਾਲੇ ਜ਼ਿਲ੍ਹਿਆਂ ਵਿੱਚ شمار ਪੂਰਬੀ ਲਦਾਖ ਦੀ ਸੰਘਰਸ਼ ਵਾਲੇ ਖੇਤਰ ਵਿੱਚ ਸੈਨਿਕਾਂ ਦੀ ਵਾਪਸੀ ਦੇ ਤੌਰ ਤਰੀਕੇ ਤੈਅ ਕਰਨ ਲਈ ਭਾਰਤ ਅਤੇ ਚੀਨ ਵਿਚਾਲੇ ਅੱਜ 9ਵੇਂ ਗੇੜ ਦੀ ਗੱਲਬਾਤ ਸ਼ੁਰੂ ਹੋਈ ਤੇ ਬੀਐਸਐਫ ਦੀ 124 ਬਟਾਲੀਅਨ ਦੇ ਜਵਾਨਾਂ ਨੇ ਆਬੋਹਰ ਸੈਕਟਰ ਵਿੱਚ ਕੰਡਿਆਲੀ ਤਾਲ ਲਾਗਿਓਂ ਕੋਈ 3 ਕਿਲੋ 120 ਗ੍ਰਾਮ ਹੈਰੋਇਨ ਬਰਾਮਦ ਕੀਤੀ। ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਗਣਤੰਤਰ ਦਿਵਸ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਬੱਚਿਆਂ, ਨੌਜਵਾਨਾਂ, ਚਾਕੀ ਕਲਾਕਾਰਾਂ, ਐਨਸੀਸੀ ਕੈਡੇਟਾਂ ਤੇ ਐਨਸੀਸੀ ਵਲੰਟੀਅਰ ਨਾਲ ਗੱਲਬਾਤ ਕੀਤੀ। ਇਸ ਦੌਰਾਨ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਪਿੰਤਾਵਾ ਪਰਿਆਦੇਸ਼ੀ ਅਤੇ ਗਣਤੰਤਰ ਦਿਵਸ ਪਰੇਡ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਨਮਨ ਕਰਦੀਏ। ਉਨ੍ਹਾਂ ਕਿਹਾ ਕਿ ਰਾਸ਼ਪਤਿ ਜੋਸ਼ ਨਾਲ ਕਦਮ ਤਾਲ ਸਾਰੇ ਭਾਰਤ ਵਾਸੀਆਂ ਵਿੱਚ ਇੱਕ ਜੋਸ਼ ਭਰ ਦਿੰਦਾ ਹੈ। ਉਨਾ ਕਿਹਾ ਕਿ ਇਸ ਸਾਲ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਵੀ ਮਨਾਇਆ ਜਾ ਰਿਹਾ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਵੱਖ-ਵੱਖ ਬੋਲੀਆਂ, ਖੀਤਿਆਂ ਤੇ ਪਹਿਰਾਵਿਆਂ ਦੇ ਬਾਵਜੂਦ ਸਾਡਾ ਭਾਰਤ ਇੱਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਨ ਨੂੰ ਪ੍ਰਾ ਕਰਮ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਅਸੀਂ ਜੋ ਕੁਝ ਵੀ ਕਰ ਸਕਦੇ ਹਾਂ ਉਹ ਕਰਦੇ ਰਹਿਣਾ ਚਾਹੀਦਾ ਹੈ। प्रधानमंत्री ने कहा कि कोरोना ने बहुत कुछ बदल के रख दिया है उन्होंने कहा कि मास्क कोरोना टेस्ट और दो गज दूरी हूं रोजमर्रा जिंदगी आजादी के 75 वर्ष में प्रवेश कर रहा है इस वर्ष गुरु तेग बहादुर जी का 400वां प्रकाश पर्व भी है और इसी वर्ष हम नेताजी सुभाष चंद्र बोस की 125वीं जन्म जयंती भी मना रहे हैं कोरोना ने वाकई बहुत कुछ बदलकर रख दिया है मास्क कोरोना टेस्ट दो गज की दूरी ये सब अब ਅਸਲ ਲੱਗ ਰਿਹਾ ਹੈ ਜੈਸੇ ਰੋਜ਼ਮਰਾਂਗੀ ਜ਼ਿੰਦਗੀ ਦਾ ਹਿੱਸਾ ਬਣ ਗਿਆ ਹੈ। ਪਾਠਿਚੂਨ ਕਮਿਸ਼ਨ ਪਲਕੀ 25 ਜਨਵਰੀ ਨੂੰ ਕੌਮੀ ਵੋਟਰ ਦਿਵਸ ਮਨਾ ਰਿਹਾ ਹੈ ਅਤੇ ਇਸ ਵਾਰ ਦੀ ਕੌਮੀ ਵੋਟਰ ਦਿਵਸ ਦਾ ਥੀਮ ਹੈ ਆਪਣੀ ਵੋਟਰਾਂ ਨੂੰ ਸ਼ਕਤੀਸ਼ਾਲੀ ਸੁਚੇਤ ਸੁਰੱਖਿਅਤ ਤੇ ਜਾਗਰੂਕ ਬਣਾਉਣਾ। ਰਾਸ਼ਟਰਪਤੀ ਰਾਮਨ드 ਕੁਵਿੰਦ ਪਲਕੇ ਨਵੀਂ ਦਿੱਲੀ ਵਿੱਚ ਚੋਣ ਕਮਿਸ਼ਨ ਵੱਲੋਂ ਕਰਵਾਈ ਜਾਣ ਵਾਲੇ ਕੌਮੀ ਵੋਟਰ ਦਿਵਸ ਸਮਾਰਕ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਇਸ ਸਮਾਰਕ ਵਿੱਚ ਕੇਂਦਰੀ ਕਾਨੂੰਨ ਤੇ ਨਿਆਂ ਸਚਾਰ ਤੇ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਵੀ ਵਿਸ਼ੇਸ਼ ਮਹਿਮਾਨ ਵਜੋਂ ਹਿੱਸਾ ਲੈਣਗੇ ਇਸ ਕੌਮੀ ਵੋਟਰ ਦਿਵਸ ਸਮਾਰਕ ਵਿੱਚ ਰਾਸ਼ਟਰਪਤੀ ਸਾਲ 2021 ਲਈ ਕੌਮੀ ਵਾਡ ਪ੍ਰਦਾਨ ਕਰਨਗੇ ਅਤੇ ਭਾਰਤੀ ਚੋਣ ਕਮਿਸ਼ਨ ਦੇ ਵੈਬ ਰੇਡੀਓ ਹੈਲੋ ਵੋਟਰਸ ਦੀ ਵੀ ਸ਼ੁਰੂਆਤ ਕਰਨਗੇ ਰਾਸ਼ਟਰਪਤੀ ਵੱਲੋਂ ਸੂਬਾ ਅਤੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਨੂੰ ਚੋਣ ਮਾਲ ਦ ਕਾਰਗੁزاری ਲਈ ਸਨਮਾਨਿਤ ਕੀਤਾ ਜਾਣਾ ਹੈ ਇਹਨਾਂ ਵੀ ਸੂਚਨਾ ਤੇ ਟੈਕਨੋਲੋਜੀ ਨਾਲ ਸੰਬੰਧਿਤ ਪਹਿਲ ਕਦਮੀਆਂ ਸੁਰੱਖਿਆ ਪ੍ਰਬੰਧ ਕੋਵਿਡ-19 ਦੌਰਾਨ ਚੋਣ ਪਰਬੰਧ ਚੋਣਾਂ ਨੂੰ ਸਖਾਲਾ ਬਣਾਉਣਾ ਤੇ ਵੋਟਰਾਂ ਨੂੰ ਜਾਗਰੂਕ ਕਰਨ ਤੇ ਉਹਨਾਂ ਤੱਕ ਵਧੀਆ ਤਰੀਕੇ ਨਾਲ ਪਹੁੰਚ ਕਰਨ ਵਰਗੇ ਖੇਤਰ ਸ਼ਾਮਲ ਨੇ ਇਸ ਤੋਂ ਇਲਾਵਾ ਹੋਰ ਮਹੱਤਵਪੂਰਨ ਹਿੱਤ ਤਾਰਕਾਂ ਨੂੰ ਵੀ ਕਮਿਸ਼ਨ ਮਾਨ ਦੇਤੇ ਜਾਣਗੇ ਜਿਨ੍ਹਾਂ ਵਿੱਚ ਰਾਸ਼ਟਰਪਤੀ ਉਗੀਆਂ ਹਸਤੀਆਂ ਤੇ ਮੀਡੀਆ ਨਾਲ ਸੰਬੰਧਿਤ ਹਸਤੀਆਂ ਸ਼ਾਮਲ ਨੇ ਪਲਕੀ ਲਾਂਚ ਕੀਤਾ ਜਾਣ ਵਾਲਾ ਚੋਣ ਕਮਿਸ਼ਨ ਦਾ ਵੈਬ ਰੇਡੀਓ ਹੈਲੋ ਵੋਟਰ ਸ ਇੱਕ ਆਨਲਾਈਨ ਡਿਜੀਟਲ ਸੇਵਾ ਜਿਸ ਰਾਹੀਂ ਵੋਟਰ ਜਾਗਰੂਕਤਾ ਪ੍ਰੋਗਰਾ ਕੀਤੇ ਜਾਣਗੇ ਹੈਲੋ ਵੋਟਰਸ ਸੁਣਨ ਲਈ ਲੋਕ ਭਾਰਤੀ ਚੋਣ ਕਮਿਸ਼ਨ ਦੀ ਵੈਬਸਾਈਟ ਤੇ ਇੱਕ ਲਿੰਕ ਰਾਹੀਂ ਪਹੁੰਚ ਕਰ ਸਕਦੇ ਨੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਵੱਲੋਂ ਪਲਕੇ ਇਲੈਕਟ੍ਰੋਨਿਕ ਈਪਿਕ ਵੀ ਲਾਂਚ ਕੀਤਾ ਜਾਵੇਗਾ ਜਿਸ ਤਹਿਤ 5 ਨਵੇਂ ਵੋਟਰਾਂ ਨੂੰ ਵੋਟਰ ਪਛਾਣ ਪੱਤਰ ਜਾਰੀ ਕੀਤੇ ਜਾਣਗੇ ਇਸ ਵਾਰ ਦੇ ਵੋਟਰ ਦਿਵਸ ਮਾਰਕ ਮਦਰਨ ਕੋਵਿਡ-19 ਮਹਾਮਾਰੀ ਦਰਮਿਆਨ ਸ੍ਰੇਖਿਤ ਚੋਣਾ ਕਰਵਾਉਣ ਤੇ ਵੀ ਫੋਕਸ ਰਹੇਗਾ। ਕੌਮੀ ਵੋਟਰ ਦਿਵਸ 2011 ਤੋਂ ਹਰ ਸਾਲ 25 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ 25 ਜਨਵਰੀ 1950 ਨੂੰ ਭਾਰਤੀ ਚੋਣ ਕਮਿਸ਼ਨ ਦੀ ਸਥਾਪਨਾ ਦਿਵਸ ਨੂੰ ਸਮਰਪਿਤ ਹੈ। ਇਹ ਦਿਵਸ ਮਨਾਉਣ ਦਾ ਮੁੱਖ ਮਕਸਦ ਵੋਟਰਾਂ ਖਾਸ ਕਰਕੇ ਨਵੇਂ ਵੋਟਰਾਂ ਵੱਜੋਂ ਆਪਣੇ ਆਪ ਨੂੰ ਰਜਿਸਟਰਡ ਕਰਵਾਉਣ ਲਈ ਉਤਸ਼ਾਹਿਤ ਕਰਨ ਦੇ ਨਾਲ-ਨਾਲ ਇਸ ਕੰਮ ਵਿੱਚ ਛੋਣਾ ਦੀ ਮਦਦ ਕਰਨਾ ਹੈ। ਇਸ ਦਿਨ ਵੋਟਰਾਂ ਨੂੰ ਵੱਡੇ ਪੱਧਰ ਤੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਚੋਣ ਅਮਲ ਵਿੱਚ ਦੇਸ਼ ਦਾ ਵੋਟਰ ਪੂਰੀ ਜਾਗਰੂਕਤਾ ਤੇ ਸੰਜੀ ਪਲਕੇ ਦੇਸ਼ ਵਿੱਚ ਵਕ ਵਕ ਥਾਈ ਹੋਣ ਵਾਲੇ ਸਮਾਗਮਾਂ ਰਾਹੀਂ ਨਵੀਂ ਵੋਟਰਾਂ ਨੂੰ ਚੋਣ ਫੋਟੋ ਪਛਾਣ ਪੱਤਰ ਜਾਰੀ ਕੀਤੇ ਜਾਣਗੇ ਅੱਜ ਕੌਮੀ ਬਾਲੜੀ ਦਿਹਾੜਾ ਹੈ ਇਹ ਦਿਹਾੜਾ ਕੁੜੀਆਂ ਨੂੰ ਬਰਾਬਰ ਦੇ ਮੌਕੇ ਦੇਣ ਪ੍ਰਤੀ ਜਾਗਰੂਕ ਕਰਨ ਦੇ ਮੰਤਵ ਨਾਲ ਮਨਾਇਆ ਜਾਂਦਾ ਹੈ ਕੌਮੀ ਬਾਲੜੀ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਖੇਤਰ ਵਿੱਚ ਪ੍ਰਾਪਤੀਆਂ ਦਰਜ ਕਰਾਉਣ ਲਈ ਦੇਸ਼ ਦੀਆਂ ਧੀਆਂ ਨੂੰ ਸਲਾਮ ਕੀਤਾ ਹੈ ਦੇਸ਼ ਕੀ ਬੇਟੀ ਹੈਸ਼ਟੈਗ ਨਾਲ ਆਪਣੀ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਦੇਸ਼ ਦੀਆਂ ਧੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਲਈ ਸਲੂਟ ਕਰਦੇ ਹਾਂ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬਾਲੜੀਆਂ ਨੂੰ ਮਜ਼ਬੂਤ ਬਣਾਉਣ ਦੇ ਇਰਾਦੇ ਨਾਲ ਕਈ ਪਹਿਲ ਕਦਮੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਸਿੱਖਿਆ ਬਿਹਤਰ ਸਿਹਤ ਸੰਭਾਲ ਅਤੇ ਲਿੰਗ ਦੇ ਆਧਾਰ ਤੇ ਸਵੀਦਨ ਸ਼ਿਲਤਾ ਦਾਉਨਾਂ ਸ਼ਾਮਲੇ ਉਹਨਾਂ ਕਿਹਾ ਕਿ આજ ਦੇ ਦਿਨ ਤੇ ਵਿਸ਼ੇਸ਼ ਤੌਰ ਤੇ ਉਹਨਾਂ ਸਾਰੇ ਲੋਕਾਂ ਦੀ ਸ਼ਲਾਘਾ ਕਰਨਾ ਬੰਦਾ ਹੈ ਜਿਨ੍ਹਾਂ ਲੜਕੀਆਂ ਦੇ ਸ਼ਕਤੀਕਰਨ ਲਈ ਕੰਮ ਕੀਤਾ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਉਹ ਮਾਨ ਦੇ ਮੌਕਿਆਂ ਦੀ ਜ਼ਿੰਦਗੀ ਬਤੀਤ ਕਰਨ। ਨਰਿੰਦਰ ਮੋਦੀ ਸਰਕਾਰ ਨੇ ਜਨਵਰੀ 2015 ਨੂੰ ਕੁੜੀਆਂ ਦੀ ਘਟ ਰਹੀ ਗਿਣਤੀ ਤੇ ਕਾਬੂ ਪਾਉਣ ਅਤੇ ਲਿੰਗ ਅਨੁਪਾਤ ਵਿੱਚ ਸੁਧਾਰ ਕਰਨ ਦੀ ਸੋਚ ਨਾਲ ਬੇਟੀ ਬਚਾਓ ਬੇਟੀ ਪੜਾਓ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਜਿਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਨੇ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਪਿਛਲੇ 6 ਸਾਲਾਂ ਦੌਰਾਨ ਲਿੰਗ ਅਨੁਪਾਤ ਵਿੱਚ ਬਿਹਤਰੀ ਨ ਇਹਨਾਂ ਨੂੰ ਬੇਟੀ ਬਚਾਓ ਬੇਟੀ ਪੜਾਓ ਯੋਜਨਾ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ ਜਿਸ ਵਿੱਚ 422 ਜ਼ਿਲ੍ਹਿਆਂ ਵਿੱਚ ਸੁਧਾਰ ਨਜ਼ਰ ਆਇਆ ਹੈ ਭਾਰਤ ਦੇ ਉਪ ਰਾਸ਼ਟਰਪਤੀ ਐਮ ਵਿੰਕਈਆ ਨਾਈਡੂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਬੇਟੀਆਂ ਨੂੰ ਅੱਗੇ ਵਧਣ ਅਤੇ ਸਿੱਖਿਆਤੌਰ ਤੇ ਸ਼ਕਤੀਸ਼ਾਲੀ ਬਣਾਉਣ ਲਈ ਸਾਰੇ ਮੌਕੇ ਉਪਲਬਧ ਕਰਾਉਣ ਉਹਨਾਂ ਲੜਕੀਆਂ ਤੇ ਲੜਕਿਆਂ ਵਿੱਚ ਪੇਧਪਾਪ ਸਮਾਪਤ ਕਰਨ ਦੀ ਅਪੀਲ ਕੀਤੀ। ਕੌਮੀ ਬਾਲੜੀ ਦਿਵਸ ਮੌਕੇ ਆਪਣੇ ਸੁਨੇਹੇ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਹੈ ਕਿ ਮੁੰਡਿਆਂ ਨੂੰ ਬਚਪਨ ਤੋਂ ਹੀ ਕੁੜੀਆਂ ਨੂੰ ਸਨਮਾਨ ਦੇਣਾ ਸਿਖਾਇਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਹਿਲਾਵਾਂ ਵਿਰੁੱਧ ਅਪਰਾਧ ਕਿਸੇ ਵੀ ਸਮਾਜਿਕ ਸਵੀਕਾਰਯੋਗ ਨਹੀਂ ਹੋਣਾ ਚਾਹੀਦਾ ਅਤੇ ਅਜਿਹੇ ਅਪਰਾਧੀਆਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਪਾਰਿਸ ਸਰਕਾਰ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਦਾ ਵਿਸਥਾਰ ਕਰਕੇ 640 ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਜਿਸ ਦੇ ਸਾਰਤਕ ਨਤੀਜੇ ਦੇਖਣ ਨੂੰ ਮਿਲੇ ਨੇ ਪਟਿਆਲਾ ਜ਼ਿਲ੍ਹਾ ਅਜਿਹੇ ਜ਼ਿਲ੍ਹਿਆਂ ਵਿੱਚ شمار ਹੈ ਜਿਨ੍ਹਾਂ ਵਿੱਚ ਨਵ ਜੰਮੀਆਂ ਬੱਚੀਆਂ ਦੇ ਸੈਕਸ ਅਨੁਪਾਤ ਵਿੱਚ ਕਾਫੀ ਸੁਧਾਰ ਦੇਖਣ ਨੂੰ ਮਿਲੇ ਆਏ ਪਟਿਆਲਾ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ستਿੰਦਰ ਸਿੰਘ ਨੇ ਦੱਸਿਆ ਕਿ ਸਾਲ 2017-18 ਵਿੱਚ ਜ਼ਿਲ੍ਹੇ ਵਿੱਚ 1000 ਮੁੰਡਿਆਂ ਵਿੱਚ 963 ਕੁੜੀਆਂ ਦਾ ਜਨਮ ਹੋਇਆ ਹੈ। 2020 ਵਿੱਚ ਜਨਮ ਮੌਕੇ ਇਹ ਸੈਕਸ ਅਨੁਪਾਤ 1000 ਮੁੰਡਿਆਂ ਵਿੱਚ 999 ਕੁੜੀਆਂ ਤੇ ਆ ਗਿਆ ਜਿਸ ਨਾਲ ਪਟਿਆਲਾ ਜ਼ਿਲ੍ਹਾ ਭਾਰਤ ਵਿੱਚ ਬਾਲੜੀ ਸੈਕਸ ਅਨੁਪਾਤ ਵਿੱਚ ਮੋਰੀ ਬਣ ਕੇ ਸਾਹਮਣੇ ਆਇਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦਾ ਵੱਡਾ ਕਾਰਨ ਪੀਐਨਡੀਟੀ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨਾ ਅਤੇ ਲਿੰਗ ਦੇ ਆਧਾਰ ਤੇ ਭੇਦਭਾਵ ਖਤਮ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਲਿਆਉਣਾ ਹੈ। ਹਾਂ ਜੀ ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ 2017 ਹਰ 17 ਵਿੱਚ 963 ਪਰ 1000 ਮੇਲ ਚਾਈਲਡ ਤੇ 2020 ਵਿੱਚ ਇਹ 989 ਹੋ ਗਈ ਹੈ ਜਿਹੜੀ ਕਿ ਇੰਡੀਆ ਵਿੱਚ ਇਸ ਦੀ ਕਾਫੀ ਉੱਪਰ ਰੈਂਕਿੰਗ ਚੜ ਗਈ ਹੈ ਇਹ ਇਸਾ ਜਿਹੜਾ ਸਾਰਾ ਸਦਕਾ ਹੈ ਇਹ ਸਾਡੇ ਪੀਐਨਜੀਟੀ ਪੀਐਨਜੀਟੀ ਐਕਟ ਦੇ ਅਧੀਨ ਕੰਮ ਕਰਦੇ ਜਿਲ੍ਹਾ ਸਿਹਤ ਪ੍ਰਵਾਰ ਕਰਵਾਈ ਫੜਾਈ ਤੇ ਜਿਹੜੇ ਸਦੇਵ ਸਰ ਨੇ ਡਾਕਟਰ ਜਤਿੰਦਰ ਕੰਸਲ ਸਟਪੋਨਰ ਨੇ ਜਿਹੜੀ ਸਾਡੀਆਂ ਆਸ਼ਾ ਨੇ ਜਿਹੜੀਆਂ ਐਨਐਮਜ਼ ਨੇ ਉਹਨਾਂ ਕੋਲੋਂ ਬੜੇ ਤਰੀਕੇ ਨਾਲ ਬੜੇ ਅੱਛੇ ਤਰੀਕੇ ਨਾਲ ਕੰਮ ਲਿਆ ਤੇ ਰੇਡਸ ਵੀ ਕੀਤੀਆਂ ਜਿਸ ਕਰਕੇ ਅਸੀਂ ਜਿਹੜੀ ਜਿਹੜੀ ਆਪਣੀ ਲਿੰਗ ਉਲੰਘਣਾ ਕਰ ਰਹੇ ਨੇ ਲੋਕੀ ਉਹਨਾਂ ਨੂੰ ਕੈਚ ਕੀਤਾ ਮਸ਼ੀਨਾ ਕੈਚ ਕੀਤੀਆਂ ਉਹ ਉਸ ਕਰਕੇ ਸਾਡੀ ਰੇਸ਼ੋ ਵਧੀ ਹੈ ਤੇ ਇਹ ਸਾਡੇ ਲਈ ਬੜੀ ਮਾਣ ਦੀ ਗੱਲ ਹੈ ਪੂਰਬੀ ਲਦਾਖ ਤੇ ਸਿੰਗਰਸ਼ ਵਾਲੀ ਖੇਤਰ ਵਿੱਚ ਸੈਨਿਕਾਂ ਦੀ ਵਾਪਸੀ ਦੇ ਤੌਰ ਤਰੀਕੇ ਤੈਅ ਕਰਨ ਲਈ ਭਾਰਤ ਤੇ ਚੀਨ ਵਿਚਾਲੇ ਅੱਜ ਨੌਵੇਂ ਗੇੜ ਦੀ ਗੱਲਬਾਤ ਸ਼ੁਰੂ ਹੋਈ ਚੀਨ ਦੀ ਸੀਮਾ ਵਿੱਚ ਮੋਲਦੋ ਬੀਪੀਓ ਵਿਕੇ ਦੋਨੋਂ ਦੇਸ਼ਾਂ ਦੇ ਫੌਜੀ ਕਮਾਂਡਰਾਂ ਵਿਚਾਲੇ ਗੱਲਬਾਤ ਜਾਰੀ ਹੈ ਸੂਤਰਾਂ ਅਨੁਸਾਰ ਚਰਚਾਤ੍ਰਨ ਭਾਰਤ ਇਸ ਗੱਲ ਤੇ ਜ਼ੋਰ ਦੇਵੇਗਾ ਕਿ ਚੀਨ ਪਿਛਲੇ ਸਾਲ ਸਤੰਬਰ ਵਿੱਚ ਸ਼ੰਗਾਈ ਸਹਿਯੋਗ ਸੰਗਠਨ ਦੇ ਸਿਮੇਲਨ ਮੌਕੇ ਮਾਸਕੋ ਵਿੱਚ ਵਿਦੇਸ਼ ਮੰਤਰੀ ਐਸ ਚੇ ਸ਼ੰਕਰ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗੀ ਵਿਚਾਲੇ ਤੈਅ ਹੋਏ ਪੰਜ ਸੂਤਰੀ ਸਮਝੌਤੇ ਨੂੰ ਲਾਗੂ ਕਰੇ ਦੂਜੇ ਪਾਸੇ ਭਾਰਤੀ ਸ ਲਦਾਖੇ ਦੇ ਵਿੱਚ ਅਸਲ ਕੰਟਰੋਲ ਰੇਖਾ ਤੇ ਜਮਾਉਂ ਮਲੀ ਠੰਡ ਦੇ ਬਾਵਜੂਦ ਪੂਰੀ ਤਰ੍ਹਾਂ ਤਿਆਰ ਹੈ ਭਾਰਤੀ ਫੌਜ ਦੇ ਮੁਖੀ ਜਨਰਲ ਐਮ ਐਮ ਨਰਵਣੀ ਅਤੇ ਚੀਫ ਆਫ ਦਾ ਡਿਫੈਂਸ ਸਟਾਫ ਜਨਰਲ ਵਿਵਨ रावत ਵਰਗੇ ਸੀਨੀਅਰ ਫੌਜੀ ਅਧਿਕਾਰੀਆਂ ਦੇ ਰੈਗੂਲਰ ਤੌਰਿਆਂ ਨਾਲ ਹਥਿਆਰਬੰਦ ਫੌਜਾਂ ਦੀ ਹੌਸਲਾ ਅਫਸਾਈ ਹੋਈ ਹੈ ਲਦਾਖ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਵਿਸ਼ਵ ਪ੍ਰਸਿੱਧ ਸੈਲਾਨੀ ਥਾਂ ਪੈਂਗੋਂਗ ਚੀਲ ਨੂੰ ਲੋਕਾਂ ਵਾਸਤੇ ਖੋਲ੍ਹ ਦਿੱਤਾ ਹੈ ਸੀਮਾ ਸ੍ਰੇਖਿਆ ਬਾਲ ਨੇ ਅਬੂਹਰ ਸੈਕਟਵਿਸਟ ਕੰਡਿਆਲੀ ਤਾਲ ਲਾਗਿਓ ਕੋਈ 3 ਕਿਲੋ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਬੀਐਸਐਫ ਦੇ ਪੰਜਾਬ ਫਰੰਟੀਅਰ ਹੈੱਡਕੁਆਰਟਰ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਬੀਐਸਐਫ ਦੀ 124 ਪਟਾਲੀਅਨ ਦੇ ਜਵਾਨਾਂ ਨੇ ਇੱਕ ਵਾਰ ਫਿਰ ਰਾਸ਼ਟਰੀ ਵਿਰੋਧੀ ਅੰਸਰਾਂ ਵੱਲੋਂ ਦੇਸ਼ ਅੰਦਰ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਕੋਸ਼ਿਸ਼ ਨੂੰ ناکام ਕਰਦਿਆਂ 3 ਪੈਕਾਂ ਵਿੱਚ ਬੰਦ ਹੈਰੋਇਨ ਦੀ ਕਿਹ ਬਰਾਮਦ ਕੀਤੀ ਬੀਐਸਐਫ ਅਨੁਸਾਰ ਨਵੀਂ ਸਾਲ ਵਿੱਚ ਹੁਣ ਤੱਕ ਪਾਕਿਸਤਾਨ ਨਾਲ ਲੱਗਦੀ ਪੰਜਾਬ ਸਰਹੱਦ ਤੋਂ 20 ਕਿਲੋ 760 ਗ ਹੱਦ ਨੇੜਿਓਂ ਫੜਿਆ ਗਿਆ ਚਾਹਤ ਕਿ ਇੱਕ ਪਾਕਿਸਤਾਨੀ ਕੁਸਪੈਠੀਏ ਨੂੰ ਮਾਰ ਕਿਰਾਇਆ ਗਿਆ ਹੈ। ਭਾਰਤ ਵਿੱਚ ਅੱਜ ਸਵੇਰੇ ਤੱਕ 15,82,201 ਲਾਪਾਤਰੀਆਂ ਨੂੰ ਕਰੋਨਾ ਦੇ ਟੀਕੇ ਲਗਾਏ ਜਾ ਚੁੱਕੇ ਨੇ। केन्द्रीय सेहतर भलाई मंत्रालय अनुसार कोविड टीकाकरण के शुरुआती दौरान कल शाम छह बजे तक पंद्रह लाख सैंती हजारियों का टीकाकरण चौबी घंटे दौरान एक लाख इक्यानवे हजार छह सौ नौ लाभपातियों का टीकाकरण किया गया है के परिवार भलाई मंत्रालय वालों भारतीय टीक की वरतों करबंधी तेरह होशा के दे प्रोग्राम प्रबंधकों टीकाकरण बारे सिखलाई भी दी जा रही है सेहत संगठन के माहर वालों बहरीन बंगलादेश भूटान ब्राजील मालदीव मोरीशियस मंगोली मोरोको मियांमार ਨੇਪਾਲ ਓਮਾਨ ਸੈਂਸਲਸ ਅਤੇ ਸ਼੍ਰੀਲੰਕਾ ਦੇ ਟੀਕਾਕਰਨ ਪ੍ਰੋਗਰਾਮ ਪ੍ਰਬੰਧਕਾਂ ਲਈ ਦੋ ਦਿਨਾਂ ਸਿਖਲਾਈ ਸੈਸ਼ਨ ਲਗਾਇਆ ਗਿਆ ਹੈ ਉਹ ਵੈਕਸੀਨ ਦੀ ਵਰਤੋਂ ਕਰਨ ਵਾਲੇ ਪਾਰਾਂ ਸੂਬਿਆਂ ਤੋਂ ਇਲਾਵਾ ਅਗਲੇ ਹਫਤੇ ਤੋਂ 7 ਹੋਰ ਸੂਬੇ ਕਰੋਨਾ ਦੇ ਟੀਕੇ ਦਾ ਪ੍ਰਬੰਧ ਸੰਭਾਲਣਗੇ ਇਹਨਾਂ ਸੂਬਿਆਂ ਵਿੱਚ ਪੰਜਾਬ, ਗੁਜਰਾਤ, ਝਾਰਖੰਡ, ਛਤੀਸਗੜ੍ਹ, ਕੇਰਲ, ਮਾਧਪਰਦੇਸ਼ ਅਤੇ ਪੱਛਮੀ ਬੰਗਾਲ ਸ਼ਾਮਲ ਨੇ ਇਹਨਾਂ 7 ਸੂਬਿਆਂ ਦੇ ਸਾਰੇ ਪ੍ਰੋਗਰਾਮ ਪ੍ਰਬੰਧਕਾਂ ਨੂੰ ਵੀਆਈਸੀ ਅਮਾਰਤ ਇਸੇਤ ਮੰਤਰਾਲਾ ਵੱਲੋਂ ਟੀਕਾਕਰਨ ਸੰਬੰਧੀਿਤ ਪ੍ਰੋਟੋਕਾਲ ਦੀ ਸਾਰੀ ਪਹਿਲੂਆਂ ਬਾਰੇ ਦੱਸਿਆ ਜਾ ਰਿਹਾ ਹੈ ਪੰਜਾਬ ਵਿੱਚ 8ਵੇਂ ਦਿਨ 9058 ਸੇਤ ਕਾਮਿਆਂ ਨੂੰ ਕਰੋਨਾ ਦੇ ਟੀਕੇ ਲਗਾਏ ਗਏ ਨੇ ਹੁਣ ਤੱਕ ਸੂਬੇ ਵਿੱਚ 30308 ਵਿਅਕਤੀਆਂ ਦਾ ਕਰੋਨਾ ਟੀਕਾਕਰਨ ਹੋ ਚੁੱਕ कोरोना तो सेत याभ होन दी दर एक्टिव मामलों ਦੇ ਮੁਕਾਬਲੇ ਲਗਾਤਾਰ ਵਧ ਰਹੀ ਹੈ ਮੌਜੂਦਾ ਸਮੇਂ ਵਿੱਚ ਰਿਕਵਰੀ ਦੀ ਦਰ 96.83% ਹੋ ਗਈ ਹੈ ਤੇ ਸੂਚਕੁਲ एक्टिव मामले 1.73% ਰਹਿ ਗਏ ਨੇ ਜਦ ਕਿ ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਦਰ 1.44% ਰਿਪੋਰਟ ਕੀਤੀ ਗਈ ਹੈ ਹਦਰ ਪੰਜਾਬ ਵਿੱਚ ਕੋਰੋਨਾ ਦੇ ਐਕਟਿਵ ਮਾਮਲਿਆਂ ਦੀ ਗਿਣਤੀ 2293 ਰਹਿ ਗਈ ਹੈ ਬੀਤੇ 24 ਘੰਟਿਆਂ ਦੌਰਾਨ 22 ਵਿਅਕਤੀਆਂ ਨੂੰ ਸਥਿਤ ਯਾਬ ਐਲਾਨਿਆ ਗਿਆ ਹੈ ਜਦ ਕਿ ਇਸ ਮਹਾਮਾਰੀ ਨਾਲ ਸੂਬੇ ਵਿੱਚ 10 ਹੋਰ ਮੌਤਾਂ ਦਰਜ ਹੋਈਆਂ ਨੇ ਸੂਬੇ ਵਿੱਚ ਕੋਰੋਨਾ ਮਰਨ ਵਾਲਿਆਂ ਦੀ ਕੁੱਲ ਗਿਣਤੀ 5553 ਹੋ ਗਈ ਹੈ ਮੁਹਾਲੀ ਵਿੱਚ ਕਰੋਨਾ ਦੇ 751 ਐਕਟਿਵ ਮਾਮਲੇ ਨੇ ਲੁਧਿਆਣਾ ਵਿੱਚ 301 ਪਟਿਆਲਾ ਵਿੱਚ 216 ਅਤੇ ਜਲੰਧਰ ਵਿੱਚ 204 ਕਰੋਨਾ ਮਰੀਜ਼ ਜਿਹੜੇ ਇਲਾਜ ਨੇ ਫਿਰੋਜ਼ਪੁਰ ਵਿੱਚ ਕਰੋਨਾ ਦੇ ਸਿਰਫ 12 ਐਕਟਿਵ ਮਾਮਲੇ ਰਹਿ ਗਏ ਹਨ ਇਸ ਦਿਨ ਵਾਲੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ